ਕੇਂਦਰ ਸਰਕਾਰ ਤੇ ਕਿਸਾਨ ਵਿਚਾਲੇ ਸਹਿਮਤੀ ਨਾ ਬਣਨ ਦੇ ਚਲਦੇ ਕਿਸਾਨ ਵੱਲੋਂ ਜਿੱਥੇ ਦਿੱਲੀ ਵੱਲ ਕੂਚ ਕੀਤਾ ਜਾ ਰਿਹਾ ਹੈ ਉੱਥੇ ਹੀ ਪੰਜਾਬ 'ਚ ਬੈਠਕ ਕਿਸਾਨ ਵੱਲੋਂ ਉਹਨਾਂ ਦੀ ਹੌਸਲਾ ਅਫਜ਼ਾਈ ਲਈ ਕਈ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸ ਦੇ ਚਲਦੇ ਜਿੱਥੇ ਪਿਛਲੇ ਦਿਨ ਟੋਲ ਪਲਾਜ਼ਿਆਂ ਨੂੰ ਫ੍ਰੀ ਕੀਤਾ ਗਿਆ ਸੀ ਉੱਥੇ ਹੀ ਹੁਣ ਟ੍ਰੇਨਾਂ ਦਾ ਚੱਕਾ ਜਾਮ ਕੀਤਾ ਜਾ ਰਿਹਾ ਹੈ। ਦੱਸਦੇ ਚੱਲੀਏ ਕਿ ਅੱਜ ਸਵੇਰੇ 12 ਵਜੇ ਤੋਂ ਲੈ ਕੇ 4 ਵਜੇ ਤੱਕ ਕਿਸਾਨਾਂ ਵੱਲੋਂ ਟ੍ਰੇਨ ਨੂੰ ਬੰਦ ਰੱਖਿਆ ਜਾਵੇਗਾ ਅਤੇ ਕਿਸੇ ਵੀ ਟ੍ਰੇਨ ਨੂੰ ਆਪਣੀ ਮੰਜ਼ਿਲ ਤੱਕ ਨਹੀਂ ਪਹੁੰਚਣ ਦਿੱਤਾ ਜਾਵੇਗਾ। ਇਸ ਸੰਬੰਧੀ ਜਦ ਕਿਸਾਨ ਨਾਲ ਗੱਲ ਕੀਤੀ ਗਈ ਤੇ ਉਹਨਾਂ ਨੇ ਕਿਹਾ ਕਿ 2021 ਦੇ ਵਿੱਚ ਕਿਸਾਨ ਵੱਲੋਂ ਜਿਹੜੀ ਸੰਘਰਸ਼ ਉਲੇਖਿਆ ਗਿਆ ਸੀ ਉਸ ਵਿੱਚ ਕੇਂਦਰ ਸਰਕਾਰ ਦੇ ਨਾਲ ਕਈ ਬੈਠਕਾਂ ਹੋਣ ਤੋਂ ਬਾਅਦ ਸਹਿਮਤੀ ਬਣੀ ਸੀ ਜਿਸ ਤੋਂ ਕੇਂਦਰ ਸਰਕਾਰ ਹੁਣ ਪਿੱਛੇ ਹਟ ਰਹੀ ਹੈ ਅਤੇ ਕਿਸਾਨ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪ੍ਰਵਾਨਿਤੀ ਨਹੀਂ ਦਿੱਤੀ ਜਾ ਰਹੀ ਹੈ। ਇਸੇ ਦੇ ਚਲਦੇ 13 ਫਰਵਰੀ 2024 ਤੋਂ ਕਿਸਾਨ ਮੁੜ ਇੱਕ ਵਾਰ ਸੰਘਰਸ਼ ਦੇ ਵਿੱਚ ਲੱਗੇ ਹੋਏ ਨੇ ਪਰ ਕੇਂਦਰ ਸਰਕਾਰ ਵੱਲੋਂ ਕਿਸਾਨ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ ਹੈ। ਇਸੇ ਕੜੀ ਦੇ ਵਿੱਚ ਅੱਜ ਉਹਨਾਂ ਵੱਲੋਂ ਟ੍ਰੇਨ ਰੋਕੋ ਅੰਦੋਲਨ ਕੀਤਾ ਜਾ ਰਿਹਾ ਹੈ। ਕਿਸਾਨ ਨੇ ਕਿਹਾ ਹੈ ਕਿ ਜਦ ਤੱਕ ਕੇਂਦਰ ਸਰਕਾਰ ਵੱਲੋਂ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਸ ਵੇਲੇ ਤੱਕ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਇਹ ਰੇਲ ਰੋਕੋ ਦਾ ਸੱਦਾ ਹੈ ਇਹ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਭਾਰਤ ਅਤੇ ਕਿਸਾਨ ਮਜ਼ਦੂਰ ਮੋਰਚਾ ਦੋਨਾਂ ਫੋਰਮਾਂ ਵੱਲੋਂ ਜੋ ਸੰਘਰਸ਼ ਪਿਛਲੀ 13 ਤਰੀਕ ਤੋਂ ਚੱਲ ਰਿਹਾ ਸ਼ੰਭੂ ਅਤੇ ਖਨੌਰੀ ਬਾਰਡਰਾਂ ਦੇ ਉੱਤੇ ਉਸੇ ਸੰਘਰਸ਼ ਨੂੰ ਤੇਜ਼ ਕਰਦਿਆਂ ਹੋਇਆਂ ਅੱਜ 12 ਵਜੇ ਤੋਂ 4 ਵਜੇ ਤੱਕ ਪੂਰੇ ਭਾਰਤ ਵਿੱਚ ਰੇਲਵੇ ਟਰੈਕ ਜਾਮ ਕਰਨ ਦਾ ਸੱਦਾ ਸੀ ਉਹਨੂੰ ਨਿਪਟ ਚਾੜਿਆ ਜਾ ਰਿਹਾ। ਦੇਖੋ ਪਹਿਲੀ ਗੱਲ ਤਾਂ ਮੀਟਿੰਗਾਂ ਜਿਹੜੀਆਂ ਨੇ ਉਹ 4 ਹੋ ਚੁੱਕੀਆਂ ਨੇ 8, 12, 15 ਤੇ 18 ਤਰੀਕ ਨੂੰ ਉਹ ਸਾਰੀਆਂ ਬੇਸਿਟਾ ਰਹੀਆਂ। ਸਗੋਂ ਸਰਕਾਰ ਉਲਟ ਢੰਗ ਦੇ ਨਾਲ ਹਰ ਗੱਲ ਨੂੰ ਲੈਂਦੀ ਸੀ। ਉਹਨਾਂ ਦੀ ਕੋਈ ਮਨਸ਼ਾ ਨਹੀਂ ਹੈਗੀ। ਉਹਨਾਂ ਨੇ ਸਾਡੀਆਂ ਜਿਹੜੀਆਂ ਪ੍ਰਸ਼ਾਸਨਿਕ ਮੰਗਾਂ ਨੇ ਉਹਨਾਂ ਨੂੰ ਹੱਲ ਕਰਨ ਦੀ ਗੱਲ ਤਾਂ ਕੀਤੀ ਪਰ ਲੇਕਿਨ ਜਿਹੜੀਆਂ ਸਾਡੇ ਪਾਲਿਸੀ ਮੈਟਰ ਨੇ ਜਿਹੜੇ ਪਾਲਿਸੀ ਮੈਟਰ ਦੇ ਵਿੱਚ ਜਿਵੇਂ ਸਾਡੀ ਆਉਂਦੀ ਹੈ ਕਿ ਜਿਹੜੀ ਜ਼ਮੀਨ ਇਹ ਲੈਂਦੇ ਆ ਜਦੋਂ ਸਾਡੇ ਤੋਂ ਅਕਵਾਇਰ ਕਰਦੇ ਆ ਉਹਦੀ ਪਾਲਿਸੀ ਗਲਤ ਹੈ। ਉਹਦੇ 'ਚ ਅਸੀਂ ਗੱਲ ਕਰਦੇ ਹਾਂ ਕਿ 2013 ਵਾਲੀ ਜਿਹੜੀ ਪਾਲਿਸੀ ਉਹਨੂੰ ਇੰਨੇ ਮਿੰਨ ਲਾਗੂ ਕੀਤਾ ਗਿਆ। ਉਹਦੇ ਵਿੱਚ ਸਾਡੀ ਆਉਂਦੀ ਹੈ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ C2+50% ਦੇ ਹਿਸਾਬ ਨਾਲ ਫਸਲਾਂ ਦਾ ਰੇਟ ਉਹਨੂੰ ਸਰਕਾਰ ਛੇੜਨਾ ਹੀ ਨਹੀਂ ਚਾਹੁੰਦੀ। ਅਸੀਂ ਚਾਹੁੰਦੇ ਹਾਂ MSP ਦੇ ਉੱਤੇ ਗਰੰਟੀ ਕਾਨੂੰਨ ਜਿਹੜਾ ਕਿ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਤੋਂ ਥੋੜ੍ਹਾ ਪਿੱਛੇ ਆ ਕੇ ਗੱਲ ਆ ਅਸੀਂ ਉਹਦੀ ਗੱਲ ਕਰਦੇ ਹਾਂ। ਸਰਕਾਰ ਉਹਨੂੰ ਛੇੜਨਾ ਨਹੀਂ ਚਾਹੁੰਦੀ। ਅਸੀਂ ਗੱਲ ਕਰਦੇ ਹਾਂ ਕਿ ਕਿਸਾਨਾਂ ਨੂੰ ਫਸਲਾਂ ਦੇ ਲਾਹੇਵੰਦ ਰੇਟ ਨਾ ਮਿਲਣ ਕਾਰਨ ਜਿਹੜਾ ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਉਹਦੇ 'ਤੇ ਲੀਕ ਮਾਰਨੀ ਬਣਦੀ ਹੈ। ਸਰਕਾਰ ਉਹਨੂੰ ਛੋਹਣਾ ਨਹੀਂ ਚਾਹੁੰਦੀ। ਸੋ ਸਾਡੇ ਜਿਹੜੇ ਮੁੱਖ ਮੁੱਦੇ ਹੈ ਜਦੋਂ ਸਰਕਾਰ ਉਹਨਾਂ ਵੱਲ ਦੇਖਣਾ ਨਹੀਂ ਚਾਹੁੰਦੀ ਤਾਂ ਜ਼ਾਹਿਰ ਹੈ ਕਿ ਇਹ ਸੰਘਰਸ਼ ਜਿਹੜਾ ਹੈ ਇਹ ਚੱਲੇਗਾ ਅਤੇ ਲੰਬਾ ਚੱਲੂਗਾ ਜਿੰਨੀ ਦੇਰ ਸਰਕਾਰ ਸਾਡੀਆਂ ਮੰਗਾਂ ਨੂੰ ਮੰਨਦੀ। ਹੋਰ ਰਣਨੀਤੀ ਇਵੇਂ ਹੈ ਕਿ ਸਾਨੂੰ ਪਿੱਛੇ ਵੀ 13 ਮਹੀਨੇ ਬਹਿਣਾ ਪਿਆ ਸੀ ਔਰ ਜਿਹਦੇ ਵਿੱਚੋਂ ਮੀਟਿੰਗਾਂ ਸਿਰਫ ਤੇ ਸਿਰਫ 2-2.5 ਮਹੀਨੇ ਚੱਲੀਆਂ ਸੀ। 10 ਮਹੀਨੇ ਤੋਂ ਵੱਧ ਸਮਾਂ ਬਿਨਾਂ ਮੀਟਿੰਗਾਂ ਤੋਂ ਬੈਠੇ ਰਹੇ ਸੀ ਔਰ ਇੱਕਦਮ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ 3 ਕਾਨੂੰਨ ਰੱਦ। ਸੋ ਅਸੀਂ ਬੈਠਾਂਗੇ ਸੰਘਰਸ਼ ਨੂੰ ਤੇਜ਼ ਕਰਨ ਵਾਸਤੇ ਜਿਹੜੀਆਂ ਨੇ ਉਹ ਜ਼ਬਰਦਸਤ ਜਿਹੜੀਆਂ ਨੇ ਉਹ ਕਾਲਾਂ ਦਿੱਤੀਆਂ ਜਾਣਗੀਆਂ। ਸਰਕਾਰ ਨੂੰ ਹਿਲਾਉਣ ਵਾਸਤੇ ਜਿਹੜੀਆਂ ਨੇ ਉਹ ਕਾਲਾਂ ਜਿਹੜੀਆਂ ਨੇ ਉਹ ਆਉਣਗੀਆਂ ਮੋਰਚੇ ਵੱਲੋਂ ਤੇ ਬੈਠਾਂਗੇ ਜਿੰਨੀ ਦੇਰ ਆਪਾਂ ਲੜਦੇ ਨਹੀਂ। ਐਂ ਵੀ ਤਾਂ ਸਾਡਾ ਨੁਕਸਾਨ ਹੀ ਹੈ ਨਾ ਘਰਾਂ 'ਚ। ਦੇਖੋ ਜਦੋਂ ਸਾਡਾ ਹੁਣ ਤੱਕ ਫਸਲਾਂ ਦਾ ਰੇਟ ਪਿਛਲੇ 50 ਸਾਲਾਂ ਦੇ ਵਿੱਚ 30 ਗੁਣਾ ਰੇਟ ਵਧਿਆ ਅਤੇ ਮਹਿੰਗਾਈ ਅਤੇ ਬਾਕੀ ਦੇ ਖਰਚੇ ਜਿਹੜੇ ਨੇ ਉਹ 350 ਗੁਣਾ ਵੱਧ ਗਏ ਆ ਅਤੇ ਯਾਰ ਅਸੀਂ ਦਿਨ ਬ ਦਿਨ ਘਾਟੇ 'ਚ ਹੀ ਜਾ ਰਹੇ ਹਾਂ ਨਾ। ਅਸੀਂ ਇਹੀ ਘਾਟੇ ਸਹਿੰਦੇ ਸਹਿੰਦੇ ਤਾਂ ਅਸੀਂ ਮਰਦੇ ਪਏ ਹਾਂ।
ਜੇਕਰ ਵਪਾਰੀ ਨੂੰ ਇਵੇਂ ਦਾ ਘਾਟਾ ਪੈਂਦਾ ਹੋਏ ਤਾਂ ਹੁਣ ਤੱਕ ਤਾਂ ਸਾਰੇ ਇੰਡਸਟਰੀ ਜਿਹੜੇ ਕਾਰੋਬਾਰ ਬੰਦ ਕਰ ਜਾਂਦੇ, ਉਹਨਾਂ ਨੂੰ ਇਹ ਇਨਸੈਂਟਿਵ ਦਿੰਦੇ ਆ ਕਾਰੋਬਾਰੀਆਂ ਦਾ, ਜਿਹੜਾ ਹੁਣ ਵੀ ਇਹਨਾਂ ਨੇ 15,00,000 ਕਰੋੜ ਰੁਪਈਆ ਜਿਹੜਾ ਇਹਨਾਂ ਨੇ ਮੁਆਫ ਕੀਤਾ, ਤੇ ਸਾਡਾ ਤਾਂ ਹੈ ਹੀ 1,25,00,000 ਕਰੋੜ ਰੁਪਈਆ ਜਿਹੜਾ ਇਹ ਕਰਜ਼ਾ, ਕੀ ਇਹ ਮੁਆਫ ਨਹੀਂ ਕੀਤਾ ਜਾ ਸਕਦਾ? ਗੱਲ ਸਿਰਫ ਇਹ ਹੈ ਕਿ ਇਹ ਜਿਹੜੇ ਕਾਰਪੋਰੇਟਾਂ ਦੀਆਂ ਭੈੜੀਆਂ ਨੀਤੀਆਂ ਨੇ ਜਿਹੜੀਆਂ ਸਾਡੇ ਕਾਰੋਬਾਰ ਖੋਣ ਦੀਆਂ, ਜਿਹੜਾ ਇਹਨਾਂ ਨੇ ਛੋਟੇ ਕਾਰੋਬਾਰਾਂ ਤੇ ਕਬਜ਼ਾ ਕਰਨਾ, ਖੇਤਾਂ ਸਾਡਿਆਂ ਤੇ ਕਬਜ਼ਾ ਕਰਨਾ, ਇਹ ਜਿਹੜੇ ਵੱਡੇ ਵੱਡੇ ਇਹਨਾਂ ਨੇ ਸਾਈਲੋ ਬਣਾਏ ਆ, ਆ ਜਿਹੜੇ 33 ਤੋਂ ਵੱਧ ਇਹਨਾਂ ਨੇ ਬਾਰਡਰ ਦੀ ਬੈਲਟ ਦੇ ਵਿੱਚ 55% ਸਬਸਿਡੀ ਦੇ ਕੇ ਜਿਹੜੇ ਇਹਨਾਂ ਨੇ ਸ਼ੈਲਰ ਖੋਲੇ ਆ, ਇਹ ਸਾਰੇ ਉਹਨਾਂ ਦੇ ਹੱਥਾਂ ਦੇ ਵਿੱਚ ਸਾਡੇ ਇਹ ਕਾਰੋਬਾਰ ਦੇਣ ਵਾਸਤੇ ਇਹ ਕਰੂਰਤਾ ਭਰੇ ਰਵੀਏ ਨੂੰ ਲਾਗੂ। ਦੇਖੋ ਇਸ ਗੱਲ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ, ਠੀਕ ਹੈ, ਲੋਕ ਪੋਲੀਟੀਕਲੀ ਵੀ ਲੋਕ ਜਿਹੜੇ ਆ ਉਹ ਜੁੜਦੇ ਆ, ਕਈ ਕਿਸਾਨਾਂ ਨੂੰ ਜਿਹੜੀ ਆ ਹਾਲਾਂ ਪੂਰੀ ਤਰ੍ਹਾਂ ਉਨੀ ਹੋ ਸਕਦਾ ਜਾਣਕਾਰੀ ਵੀ ਨਾ ਹੋਵੇ, ਔਰ ਇੱਥੋਂ ਤੱਕ ਵੀ ਗੱਲ ਹੋ ਸਕਦੀ ਹੈ ਕਿ ਜਿਹੜਾ ਕਿਸਾਨਾਂ ਨੂੰ ਕੁਝ ਲਾਲਚ ਜਾਂ ਕਿਸੇ ਢੰਗ ਦੇ ਨਾਲ ਵਰਗਲਾ ਵੀ ਲਿਆ ਜਾਂਦਾ, ਕਿਸੇ ਵੇਲੇ ਕਿਸਾਨ ਦੀ ਜਿਹੜੀ ਹੈ ਉਹ ਕਿਸੇ ਢੰਗ ਦੇ ਨਾਲ ਕੋਈ ਮਜਬੂਰੀ ਬਣ ਜਾਂਦੀ ਹੈ। ਉਹ ਕਿਸ ਢੰਗ ਨਾਲ ਕਿ ਜਦੋਂ ਇਹਨਾਂ ਨੇ ਸਾਈਲੋ ਐਲਾਨ ਕੀਤਾ, ਇਹਨਾਂ ਇਲਾਕੇ ਦੀਆਂ ਮੰਡੀਆਂ ਸਰਕਾਰੀ ਨੂੰ ਬੰਦ ਕਰਨ ਦਾ ਐਲਾਨ ਕੀਤਾ, ਜਦੀ ਸਰਕਾਰੀ ਮੰਡੀ ਬੰਦ ਹੋਊਗੀ ਤਾਂ ਨੈਚੁਰਲੀ ਇਹ ਚੀਜ਼ ਜਿਹੜੀ ਹੈਗੀ ਹੈ ਨਿਪਰੇ ਚੜੂਗੀ, ਕਿਸਾਨ ਫਸਲ ਨੂੰ ਜੇਬ 'ਚ ਪਾ ਕੇ ਨਹੀਂ ਰੱਖ ਸਕਦਾ, ਇਸੇ ਚੀਜ਼ ਦਾ ਇਹ ਜਿਹੜਾ ਲਾਹਾ ਲੈਣਾ ਚਾਹੁੰਦੇ ਆ। ਕਿਸਾਨ ਆਰਥਿਕ ਤੰਗੀਆਂ ਭੋਗ ਰਿਹਾ, ਕਿਸਾਨ ਨੇ ਪਹਿਲਾਂ ਚੱਕ ਚੱਕ ਕੇ ਪੈਸੇ ਖਾਧੇ ਹੁੰਦੇ ਆ, ਉਹਨੇ ਤਾਂ ਫਸਲ ਨੂੰ ਵੇਚ ਕੇ ਤੇ 20 ਦੇਣਦਾਰੀਆਂ ਉਹਨੇ ਦੇਣੀਆਂ ਹੁੰਦੀਆਂ, ਬੱਚਿਆਂ ਦੀਆਂ ਫੀਸਾਂ, ਡਾਕਟਰਾਂ ਦੇ ਉਹਨਾਂ ਨੇ ਪੈਸੇ ਦੇਣੇ ਹੁੰਦੇ ਆ ਉਹਨਾਂ ਨੇ, ਔਰ ਇੱਥੋਂ ਤੱਕ ਕਿ ਸਾਡੇ ਬਹੁਤੇ ਕਿਸਾਨ ਜਿਹੜੇ ਆ ਉਹ ਤਾਂ ਕੱਪੜਾ ਵੀ ਤਨ ਨੂੰ ਪਾਉਣ ਵਾਲਾ ਜਿਹੜਾ ਉਧਾਰ ਲੈ ਕੇ ਆਉਂਦੇ ਜਦੋਂ ਫਸਲ ਆਉਂਦੀ ਹੈ ਤਾਂ ਫੇਰ ਉਹ ਦਿੰਦੇ ਆ। ਸੋ ਕਿਸਾਨ ਦੀ ਮਜਬੂਰੀ ਹੁੰਦੀ ਹੈ ਫਸਲ ਨੂੰ ਵੇਚਣਾ, ਲੇਕਿਨ ਅਸੀਂ ਜਿਹੜੇ ਅਗਵਾਈ ਕਰ ਰਹੇ ਹਾਂ ਅਸੀਂ ਦੇਖਣਾ ਵਾ ਕਿ ਅਸੀਂ ਕਿਹੜੀ ਚੀਜ਼ ਜਿਹੜੀ ਹੈ ਉਹ ਸਾਨੂੰ ਕਿਸਾਨਾਂ ਦੇ ਲਈ ਅਨੁਕੂਲ ਹੈ, ਕਿਹੜੀ ਜਿਹੜੀ ਸਾਨੂੰ ਨਹੀਂ ਅਨੁਕੂਲ, ਅਸੀਂ ਉਸੇ ਚੀਜ਼ ਨੂੰ ਹੀ ਐਕਸੈਪਟ ਕਰਾਂਗੇ, ਨਹੀਂ ਤਾਂ ਕੋਈ ਸਾਨੂੰ ਸਾਈਲੋ ਜਾਂ ਇਹਨਾਂ ਦਾ ਜਿਹੜਾ ਕਾਰੋਬਾਰ ਉਹ ਇੱਥੇ ਨਹੀਂ ਚਾਹੀਦਾ। ਮੈਂ ਹਰਵਿੰਦਰ ਸਿੰਘ ਮਸਾਣੀਆ, ਕਿਸਾਨ ਮਜ਼ਦੂਰ ਮੋਰਚਾ ਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਕਾਲ ਸਾਂਝੀ ਕਾਲ ਦੇ ਉੱਤੇ ਗੁਰਦਾਸਪੁਰ ਤੋਂ ਆ ਜੀ। ਇਸ ਸਮੇਂ ਏਜੰਡੇ ਕੋਈ ਨਵੇਂ ਨਹੀਂ ਹੈਗੇ, ਕੋਈ ਨਵੀਂ ਮੰਗ ਜਾਂ ਕੋਈ ਨਵਾਂ ਏਜੰਡਾ ਲੈ ਕੇ ਅਸੀਂ ਰੇਲਵੇ ਟਰੈਕਾਂ 'ਤੇ ਨਹੀਂ ਉਤਰੇ, ਉਹੀ ਮੰਗਾਂ ਨੇ ਜਿਹੜੀਆਂ 2020 ਤੋਂ ਸ਼ੁਰੂ ਹੋਈਆਂ ਸੀ, ਜਿਹਦੇ ਵਿੱਚ ਮੁੱਖ ਤੌਰ 'ਤੇ ਅਸੀਂ MSP ਦਾ ਗਰੰਟੀ ਕਾਨੂੰਨ ਮੰਗਦੇ ਹਾਂ। ਬਹੁਤ ਸਾਰੇ ਲੋਕਾਂ ਦੇ ਮਾਇੰਡ 'ਚ ਕਨਸੈਪਟ ਜਿਹੜਾ ਹੈ ਉਹ ਗਲਤ ਤਰੀਕੇ ਨਾਲ ਫਿੱਟ ਹੋਇਆ ਕਿ MSP ਇਹਨਾਂ ਨੂੰ ਮਿਲ ਰਹੀ ਆ। ਅਸੀਂ ਇਹ ਨਹੀਂ ਕਹਿ ਰਹੇ ਕਿ MSP ਜਿਹੜੀ ਆ ਉਹ ਮਿਲ ਨਹੀਂ ਰਹੀ, MSP ਦੇ ਨਾਲ ਰੇਟ ਵੱਧ ਰਿਹਾ, ਪਰ ਉਸ ਰੇਟ ਦਾ ਕਾਨੂੰਨੀ ਹੋਣਾ ਕਿ ਇਸ ਤੋਂ ਘੱਟ ਰੇਟ 'ਤੇ ਫਸਲ ਨਾ ਖਰੀਦੀ ਜਾਵੇ, MSP ਦਾ ਗਰੰਟੀ ਕਾਨੂੰਨ ਸਾਡਾ ਮੁੱਖ ਏਜੰਡਾ ਰਿਹਾ। ਉਸ ਤੋਂ ਅੱਗੇ ਚੱਲਦਿਆਂ ਜਿਹੜੇ ਸਾਡੇ 10 ਕਿਸਾਨ ਜਿਹੜੇ ਨੇ ਲਖੀਮਪੁਰ ਖੀਰੀ ਦੇ ਵਿੱਚ ਜਿਨ੍ਹਾਂ ਨੂੰ ਦਰੜਿਆ ਗਿਆ, ਦਿਨ ਦਿਹਾੜੇ ਡੇ ਲਾਈਟ ਮਰ ਰਿਹਾ, ਉਹਦੇ ਇਨਸਾਫ਼ ਦੀ ਮੰਗ ਕਰਦੇ ਹਾਂ। ਪੰਜਾਬ ਦੇ ਕਿਸਾਨਾਂ ਦਾ ਸਮੁੱਚਾ ਕਰਜ਼ਾ ਜਿਹੜਾ ਉਹਦੀ ਮਾਫ਼ੀ ਦੀ ਗੱਲ ਰੱਖਦੇ ਹਾਂ। ਮੇਰੇ ਤੋਂ ਪਹਿਲਾਂ ਮੇਰੇ ਸਾਥੀ ਵੀ ਉਹਦੇ 'ਤੇ ਗੱਲ ਰੱਖ ਕੇ ਗਏ, ਹੋ ਸਕਦਾ ਅੰਕੜਿਆਂ 'ਚ ਕੁਛ ਫਰਕ ਆ। 18,75,000 ਕਰੋੜ ਰੁਪਈਆ ਤਾਂ ਅਸੀਂ ਕਾਰਪੋਰੇਟ ਘਰਾਣਿਆਂ ਦਾ ਬਿਨਾਂ ਕਿਸੇ ਮੰਗ ਤੋਂ, ਉਹ ਲੋਕ ਜਿਨ੍ਹਾਂ ਨੇ ਕਿਤੇ ਧਰਨਾ ਨਹੀਂ ਦਿੱਤਾ, ਜਿਨ੍ਹਾਂ ਦਾ ਕੋਈ ਪ੍ਰਦਰਸ਼ਨ ਨਹੀਂ, ਜਿਨ੍ਹਾਂ ਨੇ ਸਰਕਾਰ ਕੋਲ ਜਾ ਕੇ ਮੰਗ ਵੀ ਨਹੀਂ ਰੱਖੀ ਕਿ ਸਾਡਾ ਕਰਜ਼ਾ ਵੇਵ ਆਫ ਕੀਤਾ ਜਾਵੇ, ਉਹਨਾਂ ਦਾ 18,75,000 ਕਰੋੜ ਰੁਪਈਆ ਮਾਫ਼ ਹੋਇਆ ਤੇ ਪੂਰੇ ਭਾਰਤ ਦਾ 14,32,000 ਕਰੋੜ ਰੁਪਈਆ ਜਿਹੜਾ ਕਰਜ਼ਾ ਕਿਸਾਨਾਂ ਦਾ ਉਹਦੇ 'ਤੇ ਮਾਫ਼ ਕਰਨ ਵਾਸਤੇ ਸਰਕਾਰ ਦੇ ਅੰਦਰ ਹਿਚਕਚਾਹਟ ਆ, ਉਹ ਮੰਗ ਸਾਡੀ ਨਾਲ ਚੱਲਦੀ ਪਈ ਆ। ਔਰ ਸਭ ਤੋਂ ਵੱਡੀ ਗੱਲ, ਲੈਂਡ ਐਕੁਜ਼ੀਸ਼ਨ ਐਕਟ ਜਿਹੜਾ 2013 ਦੇ ਵਿੱਚ ਸਰਦਾਰ ਮਨਮੋਹਨ ਸਿੰਘ ਦੇ ਟਾਈਮ ਦੇ ਉੱਤੇ ਅਮੈਂਡ ਹੋਇਆ ਸੀ, ਔਰ ਉਹਦੇ ਵਿੱਚ ਸੋਧ ਕਰਕੇ ਕਿਸਾਨ ਪੱਖੀ ਉਹਨੂੰ ਦਿੱਤਾ ਗਿਆ ਸੀ, ਬਿਨਾਂ ਕਿਸੇ ਨੂੰ ਦੱਸਿਆ ਚੁੱਪ ਚਪੀਤੇ ਚੋਰ ਮੋਰੀ ਰਾਹੀਂ ਮੋਦੀ ਸਰਕਾਰ ਦੇ ਆਉਂਦਿਆਂ ਹੀ ਲੈਂਡ ਐਕੁਜ਼ੀਸ਼ਨ ਐਕਟ ਜਿਹੜਾ ਕਾਰਪੋਰੇਟ ਘਰਾਣਿਆਂ ਦੀ ਝੋਲੀ 'ਚ ਪਾਉਂਦਿਆਂ ਉਹ 'ਚ ਸੋਧਾਂ ਕਰ ਦਿੱਤੀਆਂ ਗਈਆਂ, ਜਿਹਦੇ ਵਿੱਚ ਜ਼ਮੀਨ ਮਾਲਕ ਜਿਹੜਾ ਉਹਨੂੰ ਬਿਲਕੁਲ ਜ਼ਮੀਨ ਤੋਂ ਦਰਕਿਨਾਰ ਕੀਤਾ ਗਿਆ। ਇਹਨਾਂ ਮੁੱਖ ਏਜੰਡਿਆਂ ਦੇ ਉੱਤੇ ਅਸੀਂ ਬੈਠ ਕੇ ਉੱਥੇ ਲੜਦੇ ਪਏ ਹਾਂ। ਬਿਲਕੁਲ, ਤੁਹਾਡਾ ਸਵਾਲ ਬੜਾ ਵਾਜਿਬ ਹੈ ਤੇ ਮੈਂ ਇਸ ਗੱਲ ਨੂੰ ਦੋ ਸ਼ਬਦਾਂ ਦੇ ਵਿੱਚ ਹੀ ਖਤਮ ਕਰ ਦੇਣਾ ਚਾਹੁੰਦਾ ਕਿ ਸੰਘਰਸ਼ ਦੇ ਪੈਂਡੇ ਹਮੇਸ਼ਾ ਵਿਖੜੇ ਤੇ ਔਖੇ ਹੁੰਦੇ ਨੇ, ਇਹ ਘਰੋਂ ਸੋਚ ਕੇ ਤੁਰ ਪੈਣਾ
ਕਿ ਜਾਂਦਿਆਂ ਇਹ ਕੋਈ ਸਾਨੂੰ ਪਰੋਸ ਕੇ ਸਾਡੀਆਂ ਮੰਗਾਂ ਥਾਲੀ 'ਚ ਦੇ ਦੂਗਾ। ਇਹਦੇ ਵਾਸਤੇ ਅਸੀਂ ਮੈਂਟਲੀ ਪ੍ਰਪੇਅਰ ਹਾਂ। ਪੰਜਾਬ ਦੇ ਇਤਿਹਾਸ 'ਤੇ ਜਾਂ ਵੱਡੀਆਂ ਜੰਗਾਂ ਦੇ ਇਤਿਹਾਸ 'ਤੇ ਝਾਤੀ ਮਾਰ ਕੇ ਵੇਖ ਲਈਏ, ਇੱਥੇ 23-23 ਮਹੀਨੇ ਜਿਹੜੇ ਮੋਰਚੇ ਜੈਤੋ ਵਰਗੇ ਚੱਲ ਗਏ ਨੇ, ਇੱਥੇ ਲਗਭਗ 48-48 ਮਹੀਨੇ ਸਵਾ ਸਵਾ ਮਨ ਦੇ ਪੀਸਣੇ ਪਏ ਨੇ। ਇਸ ਕਰਕੇ ਬਿਲਕੁਲ ਇਹ ਕਦੇ ਵੀ ਮਨ 'ਚ ਖਿਆਲ ਨਹੀਂ ਆਇਆ ਕਿ ਸਰਕਾਰ ਜਿਹੜੀ ਆ ਉਹ ਇਸ ਤਰ੍ਹਾਂ ਖੜੀ ਰਹੂਗੀ। ਇਹ ਸੰਘਰਸ਼ ਇਸ ਸਰਕਾਰ ਨੂੰ ਇੱਕ ਦਿਨ ਲਈ ਝੁਕਣ ਲਈ ਜ਼ਰੂਰ ਮਜਬੂਰ ਕਰੇ। ਦੇਖੋ, ਅਸੀਂ ਪਹਿਲਾਂ ਉੱਥੇ ਵੀ ਕਲੀਅਰ ਕੀਤਾ ਸੀ, ਨਾ ਤਾਂ ਅਸੀਂ ਸੜਕਾਂ ਡੱਕੀਆਂ ਨੇ ਅਤੇ ਨਾ ਅਸੀਂ ਰੇਲਾਂ ਡੱਕੀਆਂ ਨੇ। ਅਸੀਂ ਦੋਨਾਂ ਪਾਸੇ ਦੇ ਅਸੀਂ ਬਿਲਕੁਲ ਸ਼ਾਂਤੀ ਦੇ ਰਾਹ ਦੇ ਉੱਤੇ ਕਤਾਰਬੰਦੀ ਦੇ ਵਿੱਚ ਆਪਣੇ ਢੱਗੇ ਗੱਡੀਆਂ ਜੋੜ ਕੇ, ਟਰੈਕਟਰ ਜੋੜ ਕੇ ਅਸੀਂ ਦਿੱਲੀ ਜਾ ਕੇ ਆਪਣੀ ਗੱਲ ਰੱਖਣੀ ਚਾਹੁੰਦੇ ਹਾਂ। ਜੇ ਬਾਰਡਰ ਲਾਏ ਤਾਂ ਸਰਕਾਰ ਨੇ ਰਾਏ ਨੇ, ਸੜਕਾਂ 'ਤੇ ਤੋਂ ਸਾਨੂੰ ਟਰੈਕਾਂ ਤੱਕ ਲਿਆਈ ਆ ਉਹ ਸਰਕਾਰ ਲਿਆਈ ਆ, ਅਤੇ ਇਹਦੀ ਨਿਰੋਲ ਤੌਰ 'ਤੇ ਜ਼ਿੰਮੇਵਾਰੀ ਜਿਹੜੀ ਆ ਉਹ ਸਰਕਾਰ ਦੀ ਬਣਦੀ ਆ, ਕਿਸਾਨਾਂ ਦੀ ਨਹੀਂ ਜੀ।